ਆ ਗਿਆ ਅੰਮ੍ਰਿਤਪਾਲ ਦੇ ਹੱਕ ਵਿੱਚ ਹੁਣ ਤੱਕ ਦਾ ਸਭ ਤੋਂ ਵੱਡਾ ਬਿਆਨ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਰਪ੍ਰਸਤ ਸੰਗਰੂਰ ਤੋਂ ਚੁਣੇ MP ਸਿਮਰਜੀਤ ਸਿੰਘ ਮਾਨ ਨੇ ਕਿਹਾ, ਸਰਕਾਰ ਅੰਮ੍ਰਿਤਪਾਲ ਸਿੰਘ ਨਾਲ ਕਰ ਰਹੀ ਹੈ ਧੱਕਾ। ਸਰਕਾਰ ਦੱਸੇ ਕਿ ਅੰਮ੍ਰਿਤਪਾਲ ਸਿੰਘ ਕਿੱਥੇ ਹੈ, ਨਹੀਂ ਅਸੀਂ ਭਾਰਤ ਵਿੱਚ ਦੁਨੀਆ ਦੇ ਸ਼ਰਾਬਤਖਾਨੇ ਅੱਗੇ ਕਰਾਂਗੇ ਜ਼ੋਰਦਾਰ ਪ੍ਰਦਰਸ਼ਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਧਮਕੀ ਭਰੇ ਲਹਿਜੇ 'ਚ MP ਸਿਮਰਜੀਤ ਸਿੰਘ ਮਾਨ ਨੇ ਆਖਿਆ ਕਿ ਜੇ ਅੰਮ੍ਰਿਤਪਾਲ ਸਿੰਘ ਦਾ ਐਨਕਾਊਂਟਰ ਕੀਤਾ ਤਾਂ ਹਕੂਮਤ ਆਪਣੀ ਸਿਕਿਉਰਿਟੀ ਦਾ ਇੰਤਜ਼ਾਮ ਅਮਰੀਕਾ ਤੋਂ ਕਰ ਲਵੇ, ਭਾਰਤੀ ਸਿਕਿਉਰਿਟੀ ਤਾਂ ਉਹਨਾਂ ਨੂੰ ਬਚਾ ਨਹੀਂ ਸਕਦੀ। ਹੋਰ ਵੀ ਬਹੁਤ ਕੁਛ, ਆਓ ਸੁਣਦੇ ਹਾਂ ਸਿਮਰਜੀਤ ਸਿੰਘ ਮਾਨ ਦੀ ਜ਼ਬਾਨੀ। ਫਿਰ ਜੇ ਉਹਨਾਂ ਦੇ ਨਾਲ ਕੁਛ ਇਹੋ ਜਿਹਾ ਹੋ ਗਿਆ, ਹਕੂਮਤ ਵੀ ਇਹ ਫਿਰ ਅਮਰੀਕਾ ਦੀ ਸਿਕਿਉਰਿਟੀ ਦਾ ਇੰਤਜ਼ਾਮ ਕਰ ਲਵੇ, ਹੈ ਨਾ, ਇੱਥੋਂ ਦੀ ਸਿਕਿਉਰਿਟੀ ਉਹਨਾਂ ਨੂੰ ਬਚਾ ਨਹੀਂ ਸਕੂਗੀ। ਜੇ ਤਾਂ ਉਹ ਜੇਲ੍ਹਾਂ ਦੇ ਵਿੱਚੋਂ ਹੋਰ ਡਰਾਈ ਜਾਂਦੇ ਹੈ, ਖਾਲਿਸਤਾਨ ਦੇ ਵਿਰੁੱਧ ਕਰੀ ਜਾਂਦੇ ਹੈ ਪ੍ਰੋਪਗੈਂਡਾ, ਤਾਂ ਮੇਰਾ ਮਤਲਬ ਹੈ ਕਿ ਲੋਕ ਡਰਦੇ ਕਿਉਂ ਹੈ ਉਹਨਾਂ ਦੀ ਬੰਦੂਕ ਤੋਂ? ਜੇ ਉਹਨਾਂ ਨੇ ਮਾਰਨਾ ਤਾਂ ਮਾਰ ਦੇਣੇ, ਮੇਰਾ ਮਤਲਬ ਇੱਥੇ ਡਰਨ ਦੀ ਲੋੜ ਥੋੜ੍ਹੀ ਹੈ। ਐਵੇਂ ਕਿਸੇ ਨੂੰ ਡਰਾਈ ਜਾਂਦੇ ਆ ਕਿ ਅਸੀਂ ਤੈਨੂੰ ਫੜ ਲਵਾਂਗੇ, ਤੈਨੂੰ ਕਰ ਦੇਵਾਂਗੇ, ਜੇ ਕਰ ਦੇਣਗੇ ਤਾਂ ਮਾਰ ਦੇਣਗੇ, ਹੋਰ ਕੀ ਹੋ ਜੂਗਾ, ਹੈ ਨਾ। ਆਪਾਂ ਸਿੰਘ ਹੈ, ਆਪਾਂ ਸਿੰਘ ਹੈ, ਆਪਾਂ ਜਵਾਬੀ ਫਾਇਰ ਤਾਂ ਕਰਾਂਗੇ ਹੀ, ਜੇ ਲੁਕ ਕੇ ਨਾ ਸਾਨੂੰ ਮਾਰਨਗੇ, ਜਵਾਬੀ ਫਾਇਰ ਤਾਂ ਜਾਊਗਾ। ਇਹਦਾ ਪ੍ਰੋਪਾਗੈਂਡਾ ਹੈ ਕਿ ਜਿਹੜੇ ਬਾਕੀ ਦੇ ਗਵਾਈਏ ਹੈਗੇ ਉਹ ਅੱਜ ਨਾ ਆਉਣ ਅਤੇ ਲੋਕ ਡਰ ਜਾਣ, ਅਤੇ ਇਸ ਕਰਕੇ ਇੰਟਰਨੈੱਟ ਵੀ ਬੰਦ ਕੀਤੀ ਹੋਈ ਹੈ ਭਗਵੰਤ ਜੀ ਨੇ, ਕਿ ਮੂਸੇਵਾਲ ਸਾਹਿਬ ਦੀ ਬਰਸੀ ਦਾ ਜਿਹੜਾ ਸੁਨੇਹਾ ਹੈ, ਜਿਹੜਾ ਦੁੱਖ ਹੈ, ਉਹ ਸਾਰੇ ਪਾਸੇ ਨਾ ਪਹੁੰਚ ਸਕੇ। ਇਹ ਦਬਾਇਆ ਗਿਆ ਭਗਵੰਤ ਜੀ ਤੋਂ, ਅਤੇ ਪਹਿਲਾਂ ਓਪਰੇਸ਼ਨ ਬਲੂ ਸਟਾਰ ਹੋਇਆ ਸੀਗਾ, ਕੱਲ੍ਹ ਓਪਰੇਸ਼ਨ ਭਗਵੰਤ ਜੀ ਕਰਤਾ, ਜਿਹੜਾ ਇਹ ਆਪਣੇ ਅੰਮ੍ਰਿਤਪਾਲ ਸਿੰਘ ਦੇ ਪਿੱਛੇ ਅਤੇ 72 ਸਿੱਖ ਫੜੇ ਗਏ ਹੈ, ਉਸੇ ਤਰ੍ਹਾਂ ਬਲੂ ਸਟਾਰ ਵਰਗਣ ਤਲਾਸ਼ੀਆਂ ਲਈਆਂ ਗਈਆਂ। ਸਾਡੇ ਮੈਂਬਰ ਵੀ ਬਲੇਰ ਸਾਹਿਬ, ਜੋਧਾ ਜੀ, ਕਿੰਨੇ ਹੋਰ ਫੜ ਕੇ ਅੰਦਰ ਦਿੱਤੇ ਹੋਏ ਹੈ, ਜਿਹਦਾ ਕਿ ਸਾਡੇ ਨਾਲ ਕੋਈ ਤਲਕ ਨਹੀਂ। ਨਾ ਅੰਮ੍ਰਿਤਪਾਲ ਸਿੰਘ ਨੇ ਕੋਈ ਗੱਲ ਕੀਤੀ ਹੈ, ਨਾ ਕਾਨੂੰਨ ਤੋੜਿਆ, ਅਤੇ ਐਵੇਂ ਉਹਦੇ ਮਗਰ ਪੈ ਜਾਣਾ, ਅਤੇ ਹੁਣ ਕਹਿੰਦੇ ਆ ਕਿ ਉਹ ਗੁੰਮ ਹੋਇਆ ਹੋਇਆ। ਫਿਰ ਜੇ ਉਹਨਾਂ ਦੇ ਨਾਲ ਕੁਛ ਇਹੋ ਜਿਹਾ ਹੋ ਗਿਆ, ਹਕੂਮਤ ਵੀ ਇਹ ਫਿਰ ਅਮਰੀਕਾ ਦੀ ਸਿਕਿਉਰਿਟੀ ਦਾ ਇੰਤਜ਼ਾਮ ਕਰ ਲਵੇ, ਹੈ ਨਾ, ਇੱਥੋਂ ਦੀ ਸਿਕਿਉਰਿਟੀ ਉਹਨਾਂ ਨੂੰ ਬਚਾ ਨਹੀਂ ਸਕੂਗੀ ਜੇ ਇਹੋ ਜਿਹਾ ਮੰਦਾ ਕੰਮ ਕੀਤਾ ਹੈਗਾ। ਮੈਨੂੰ ਨਹੀਂ ਪਤਾ ਕਿ ਉਹ ਜਿਉਂਦੇ ਹੈ, ਪੁਲਿਸ ਨੇ ਇਨਕਾਊਂਟਰ ਕਰਤਾ, ਪਰ ਜੇ ਇਨਕਾਊਂਟਰ ਕਰਤਾ ਤਾਂ ਸਿੱਖ ਕੌਮ ਤੜਫ ਉੱਠੂਗੀ, ਸਾਰੀ ਦੁਨੀਆ ਦੇ ਵਿੱਚ ਇੰਡੀਆ ਦੇ ਸਫੀਰ ਖਾਨੇ, ਐਂਬੈਸੀਆਂ, ਕੌਂਸਲੇਟਸ, ਹਾਈ ਕਮਿਸ਼ਨ ਸਿੱਖਾਂ ਨੇ ਘੇਰ ਲੈਣੀ ਹੈ। ਸੋ ਸਾਨੂੰ ਇੱਕਦਮ ਸਰਕਾਰ ਦੱਸੇ ਕਿ ਉਹ ਜਿਉਂਦੇ ਹੈ, ਅਤੇ ਉਹਨਾਂ ਨੂੰ ਕਿਉਂ ਇਸ ਤਰ੍ਹਾਂ ਫੜਿਆ ਘੇਰਾ ਪਾ ਕੇ, ਕਿ ਉਹ ਕੋਈ ਡਕੈਤ ਹੈ ਨਹੀਂ ਸੀਗੇ, ਕੋਈ ਇਹੋ ਜਿਹੀ ਗੱਲ ਹੈ ਨਹੀਂ ਸੀਗੀ। ਹੁਣ 12 ਬੋਰਾਂ ਦੇ ਨਾਲ ਹਿੰਦ ਹਕੂਮਤ ਜਿਹਦੇ ਕੋਲ ਨਿਊਕਲੀਅਰ ਬੰਬ ਹੈ, ਉਹ ਹੁਣ ਜੇ ਕਹਿੰਦੇ ਆ ਕਿ ਉਹਨਾਂ ਕੋਲ ਬੰਦੂਕਾਂ ਸੀ, 12 ਬੋਰ ਦੇ ਨਾਲ ਨਿਊਕਲੀਅਰ ਪਾਵਰ ਦਾ ਮੁਕਾਬਲਾ ਹੋ ਸਕਦਾ? ਤੁਸੀਂ ਆਪ ਸਾਰੇ ਸਿਆਣੇ ਹੋ, ਜਿਹਦੇ ਕੋਲ ਨਿਊਕਲੀਅਰ ਬੰਬ ਹੋਵੇ ਅਤੇ ਉਹਦੇ ਖਿਲਾਫ ਕਹਿੰਦੇ ਨੇ ਇਹ ਹਿੰਦੁੱਤਵਾ ਦੇ ਲੋਕ ਕਿ 12 ਬੋਰ ਪ੍ਰਣਾਲੀ ਦੇ ਨਾਲ ਇਹਨਾਂ ਨੇ ਸਾਡਾ ਮੁਕਾਬਲਾ ਕਰਨਾ, ਫਿਰ ਉਹਨਾਂ ਦਾ ਦਿਮਾਗ ਤਾਂ ਗਿੱਟਿਆਂ 'ਚ ਹੈ, ਇਹ ਉੱਤੇ ਦਿਮਾਗ ਦੇ ਵਿੱਚ ਤਾਂ ਹੈ ਨਹੀਂ ਗਾ। ਹਾਲਾਂਕਿ ਕਈ ਲੋਕ ਅੱਛਾ ਕਹਿੰਦੇ ਅਤੇ ਬਹੁਤ ਜ਼ਿਆਦਾ ਲੋਕ ਕਈ ਐਸੇ ਵੀ ਹੈ ਜਿਹੜੇ ਉਹਨਾਂ ਨੂੰ ਗਲਤ ਕਹਿੰਦੇ, ਜਿਹੜੇ ਵੱਲੋਂ ਉਹਨਾਂ ਦੀ ਖਜਾਨਾ ਖਾਨ ਨੂੰ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਅੜ ਲਈ ਲੈ ਕੇ ਬਹੁਤ।
ਚੰਗਾ ਮਾੜਾ ਤਾਂ ਮੈਨੂੰ ਵੀ ਕਹਿੰਦੇ ਆ, ਤੁਹਾਨੂੰ ਵੀ ਕਹਿੰਦੇ ਆ, ਸਾਰਿਆਂ ਨੂੰ ਕਹਿੰਦੇ ਆ। ਥੋੜ੍ਹਾ ਜਿਹਾ ਸਾਡੇ ਕੋਲ ਚੰਗਾ ਹੁੰਦਾ, ਥੋੜ੍ਹਾ ਜਿਹਾ ਮਾੜਾ ਹੁੰਦਾ, ਸੋ ਗੱਲ ਸਾਰੇ ਕਰ ਲੈਂਦੇ ਆ। ਅਤੇ ਸਾਡੀ ਪਾਰਟੀ ਤਾਂ ਬਿਲਕੁਲ ਇਹਨੂੰ ਖੰਡਨ ਕਰਦੀ ਹੈ। ਸਾਡੇ ਬੰਦੇ ਵੀ ਫੜੇ ਹੈ, ਬਲੇਰ ਸਾਹਿਬ ਸਾਡੇ ਜਨਰਲ ਸੈਕਟਰੀ ਹੈ, ਦੂਸਰੇ ਜੋਧਾ ਸਾਹਿਬ ਹੈ, ਉਹਨੂੰ ਫੜ ਲਿਆ, ਕਈਆਂ ਨੂੰ ਫੜ ਲਿਆ ਜਿਨ੍ਹਾਂ ਦਾ ਇਹ ਕੋਈ ਤਲਕ ਨਹੀਂ ਗਾ ਕਿਸੇ ਰੌਲੇ ਦੇ ਵਿੱਚ। ਅਤੇ ਇਹ ਤਾਂ ਭਗਵੰਤ ਜੀ ਅਤੇ ਅਮਿਤ ਸ਼ਾਹ ਜੀ ਗਲਤ ਕੰਮ ਕਰ ਰਹੇ ਹੈ। ਜਿਹੜੇ ਖਾਲਿਸਤਾਨ ਦੇ ਖਿਲਾਫ ਹੈ ਉਹ ਬਿਲਕੁਲ ਉਹਦੀ ਪਿੱਠ ਤੇ ਖੜੇ ਆ। ਤੇ ਡਰਨਾ ਕਿਸੇ ਨੂੰ ਨਹੀਂ ਚਾਹੀਦਾ। ਇੱਕ ਵਾਰੀ ਮਰਦਾ ਬੰਦਾ ਤੇ ਇੱਕ ਵਾਰੀ ਮੌਤ ਆਉਂਦੀ ਹੈ, ਤੇ ਬੰਦਾ ਉਹ ਹੁੰਦਾ ਜਿਹੜਾ ਛਾਤੀ ਕੱਢ ਕੇ ਹਿੱਕ ਕੱਢ ਕੇ ਚੱਲਦਾ ਫਿਰਦਾ ਰਹੇ ਤੇ ਡਰੇ ਨਾ। ਬੰਦਾ ਜਾਂ ਤਾਂ ਮਰ ਜਾਂਦਾ, ਜਿਵੇਂ ਸਿੱਧੂ ਸਾਹਿਬ ਨੂੰ ਮਾਰ ਦਿੱਤਾ ਗਿਆ, ਜਿਹੜਾ ਬਚ ਜਾਂਦਾ ਉਹ ਬੇਹੋਸ਼ ਹੁੰਦਾ। ਤੇ ਇਹ ਆਪਾਂ ਉਹਦੀ ਕੰਟਰੋਵਰਸੀ ਦੇ ਵਿੱਚ, ਉਹਨਾਂ ਦੀ ਮੰਗੇਤਰ ਸੀਗੀ ਤੇ ਮੈਂ ਉਹਨਾਂ ਦੀ ਇੱਜ਼ਤ ਕਰਦਾ, ਮੈਂ ਉਹਨਾਂ ਦੀ ਬਹਿਸ ਦੇ ਵਿੱਚ